ने सच्चे अकाली हद दर्जे दे दलेर ते सुतंत्र सी। ओह अपने फर्जां ते असूलां दी रक्षा लई जान वारन तक परवाह नहीं करदे सी। दोस्तों अज दी वीडियो एक इस तरह दे महान सिंह दे बारे है जिहड़े वक्त दे महाराजा रणजीत सिंह नूं वी सजा ला दिंदे सी। अज दी वीडियो देख के तुहानूं एक माण महसूस होएगा ते हर जिहड़ा सिख है उहदी इही ख्वाहिश होएगी कि मैं उहनां वर्गा बहादुर बणा ते उहनां वर्गा बणन दे वास्ते उह कोशिश करेगा। सो चल के वीडियो देखने हैं तो बाद च इहदे बारे गलबात करांगे। मेरा वट्सअप नंबर आ रहा तो तुसीं मैनूं मजीद वीडियो वट्सअप कर सकते जे तो फेसबुक ते मेरे पेज नूं लाइक करो। हाँ जी सत श्री अकाल जी सारे सो पंजाब मेड भी थोड़ा बहुत बहुत स्वागत करते हैं। अज गल करांगे अकाली फुला सिंह जी बारे जो कि साढ़े इतिहास में बहुत ही महान इंसान सी। इन्हां दी स्टोरी सुन तो बाद थानू बहुत कुछ सीखने मिलेगा। सो जेकर तुसी इन्हां बारे नहीं जानते तो यह वीडियो राही थानू इन्हां बारे बहुत कुछ सीखने मिलेगा। यह अजिहे इंसान सी जो महाराजा रणजीत सिंह जी नूं भी सजा ला दिंदे सी। सो वीडियो शुरू करदे हां। बाबा प्रेम सिंह होती मरदान अपनी पुस्तक अकाली फुला सिंह जी बारे लिखते ने सच्चे अकाली हद दर्जे दे दलेर ते सुतंत्र सी। ओह अपने फर्जां ते असूलां दी रक्षा लई जान वारन तक परवाह नहीं करदे सी। सो अकाली फुला सिंह जी दा जन्म 1 जनवरी 1761 ਨੂੰ ਬਾਂਗਰ ਦੇ ਛੋਟੇ ਜਿਹੇ ਇੱਕ ਪਿੰਡ ਸ਼ੀਹਾਂ ਦੇ ਇੱਕ ਸਧਾਰਨ ਘਰ ਵਿੱਚ ਇੱਕ ਅਧਖੜ ਅਵਸਥਾ ਦੇ ਸਿੰਘ ਭਾਈ ਇੱਛਰ ਸਿੰਘ ਜੀ ਦੇ ਘਰ ਹੋਇਆ ਜੋ ਕਿ ਨਿਸ਼ਾਨਾ ਵਾਲੀ ਮਿਸਲ ਨਾਲ ਸੰਬੰਧ ਰੱਖਦੇ ਸੀ। ਇਹਨਾਂ ਦੇ ਜਨਮ ਤੋਂ ਬਾਅਦ ਇਹਨਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਸਤਿਗੁਰੂ ਦੀ ਸੰਗਤ ਨੇ ਫੁੱਲਾ ਸਿੰਘ ਰੱਖਿਆ। ਉਸ ਸਮੇਂ ਸਿੰਘਾਂ ਨੂੰ ਖਤਮ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਨੇ ਛੇਵਾਂ ਹੱਲਾ ਕੀਤਾ ਤੇ ਖਬਰ ਪੂਰੇ ਪੰਜਾਬ ਵਿੱਚ ਜੋ ਕਿ ਉਸ ਸਮੇਂ ਤਿੱਬਤ ਖੈਬਰ ਤੇ ਕਸ਼ਮੀਰ ਤੱਕ ਸੀ ਸਾਰੇ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਮਿਸਲਾਂ ਨੂੰ ਅਬਦਾਲੀ ਨਾਲ ਜੰਗ ਕਰਨ ਦੇ ਸੱਦੇ ਦਿੱਤੇ ਗਏ ਜਿਸ ਵਿੱਚ ਇੱਛਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਵੀ ਟਾਕਰਾ ਲੈਣ ਲਈ ਅੱਗੇ ਵਧੀ। ਇਸ ਜੰਗ ਵਿੱਚ 40,000 ਤੋਂ ਵੱਧ ਸਿੰਘ ਰਣਭੂਮੀ ਵਿੱਚ ਸ਼ਹੀਦ ਜਾਂ ਫੱਟੜ ਹੋਏ ਜਿਨ੍ਹਾਂ ਵਿੱਚੋਂ ਇੱਕ ਸਿੰਘ ਅਕਾਲੀ ਫੁੱਲਾ ਸਿੰਘ ਜੀ ਦੇ ਪਿਤਾ ਵੀ ਸੀ ਜੋ ਕਿ ਕਾਫ਼ੀ ਜ਼ਖਮੀ ਹੋਏ ਤੇ ਜੰਗੀ ਨਿਯਮਾਂ ਅਨੁਸਾਰ ਸਿੰਘਾਂ ਵੱਲੋਂ ਜ਼ਖਮੀ ਸਿੰਘ ਆਪਣੇ ਘਰੋਂ ਘਰੀ ਪਹੁੰਚਾ ਦਿੱਤੇ ਜਿੱਥੇ ਇਹਨਾਂ ਦੇ ਫੱਟ ਸਿਉਂਕੇ ਇਲਾਜ ਹੁੰਦੇ ਰਹੇ। ਇਹਨਾਂ ਦਿਨਾਂ ਵਿੱਚ ਸਤਿਗੁਰੂ ਨੇ ਇੱਛਰ ਸਿੰਘ ਜੀ ਦੇ ਘਰ ਇੱਕ ਹੋਰ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਮ ਸੰਤ ਸਿੰਘ ਰੱਖਿਆ ਗਿਆ ਤੇ ਉਸ ਸਮੇਂ ਮੌਕੇ ਸਿਰ ਇਲਾਜ ਨਾ ਮਿਲਣ ਕਰਕੇ ਇੱਛਰ ਸਿੰਘ ਜੀ ਦੇ ਜ਼ਖਮਾਂ ਵਿੱਚ ਜ਼ਹਿਰ ਫੈਲ ਗਿਆ ਤੇ ਉਹ ਸ਼ਹੀਦ ਹੋ ਗਏ। ਪਰ ਆਖਰੀ ਸਮੇਂ ਵਿੱਚ ਉਹਨਾਂ ਨੇ ਨਿਸ਼ਾਨਾ ਵਾਲੀ ਮਿਸਲ ਦੇ ਸੱਤ ਸੰਗੀ ਬਾਬਾ ਨਰਾਇਣ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਭਚੰਗੀ ਅਕਾਲੀ ਫੁੱਲਾ ਸਿੰਘ ਜੀ ਦਾ ਹੱਥ ਸੌਂਪ ਦਿੱਤਾ ਕਿ ਇਹ ਪੂਰਾ ਪੰਥ ਸੇਵਕ ਬਣ ਸਕੇ। ਕੁਦਰਤ ਨੇ ਅਕਾਲੀ ਫੁੱਲਾ ਸਿੰਘ ਜੀ ਨੂੰ ਬਚਪਨ ਵਿੱਚ ਹੀ ਉਹ ਵਿਲੱਖਣ ਦਿਲ ਤੇ ਤੇਜ ਬੁੱਧੀ ਬਖਸ਼ੀ ਜੋ ਬਹੁਤ ਘੱਟ ਆਮ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਹਨਾਂ ਨੇ ਬਚਪਨ ਵਿੱਚ ਹੀ ਨਿਤਨੇਮ ਦੀਆਂ ਬਾਣੀਆਂ ਸਾਰੀ ਅਕਾਲ ਉਸਤਤ ਤੇ ਹੋਰ ਬਹੁਤ ਸਾਰੀਆਂ ਸ੍ਰੀ ਮੁੱਖ ਵਾਕ ਬਾਣੀਆਂ ਕੰਠ ਕਰ ਲਈਆਂ। ਮਤਲਬ ਇਹਨਾਂ ਦੇ ਸੀਨੇ ਵਿੱਚ ਨਿੱਕੇ ਹੁੰਦਿਆਂ ਹੀ ਅਲੌਕਿਕ ਧਾਰਮਿਕ ਜੋੜ ਬੇਧੜਕ ਤੇ ਨਿਡਰ ਦਿਲ ਹਲਾਰੇ ਲੈਂਦੇ ਸੀ। ਜਦੋਂ ਫੁੱਲਾ ਸਿੰਘ ਜੀ ਧਾਰਮਿਕ ਵਿੱਦਿਆ ਵਿੱਚ ਚੰਗੇ ਨਿਪੁੰਨ ਹੋ ਗਏ ਤਾਂ ਨਿਯਮ ਅਨੁਸਾਰ ਬਾਬਾ ਨਰਾਇਣ ਸਿੰਘ ਜੀ ਨੇ ਉਹਨਾਂ ਨੂੰ ਸ਼ਸਤਰ ਵਿੱਦਿਆ ਦੇਣੀ ਆਰੰਭ ਕਰ ਦਿੱਤੀ ਜੋ ਉਸ ਸਮੇਂ ਹਰ ਬੱਚੇ ਲਈ ਜ਼ਰੂਰੀ ਹੁੰਦੀ ਸੀ ਤੇ ਅੱਜ ਵੀ ਸਹੀ ਤਰੀਕੇ ਨਾਲ ਜੇਕਰ ਦੇਖੀਏ ਤਾਂ ਇਹ ਜ਼ਰੂਰੀ ਮੰਨੀ ਜਾਂਦੀ ਹੈ। ਹੁਣ ਫੁੱਲਾ ਸਿੰਘ ਜੀ ਆਪਣੀ ਉਮਰ ਦੇ ਬੱਚਿਆਂ ਤੋਂ ਸ਼ਸਤਰ ਵਿੱਦਿਆ ਵਿੱਚ ਜ਼ਿਆਦਾ ਨਿਪੁੰਨ ਸੀ ਤੇ ਆਪਣੇ ਪੁੱਤਰ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਹੁੰਦਾ ਦੇਖ ਕੇ ਫੁੱਲਾ ਸਿੰਘ ਜੀ ਦੀ ਮਾਤਾ ਬਹੁਤ ਖੁਸ਼ ਹੁੰਦੇ ਸੀ। ਪਰ ਇਹ ਖੁਸ਼ੀ ਲੰਬਾ ਸਮਾਂ ਨਹੀਂ ਚੱਲੀ। ਉਹਨਾਂ ਦੀ ਮਾਤਾ ਦੀ ਵਡੇਰੀ ਉਮਰ ਹੋਣ ਕਰਕੇ ਇੱਕ ਦਿਨ ਉਹ ਅਚਾਨਕ ਹੀ ਪੌੜੀ ਤੋਂ ਐਸਾ ਡਿੱਗੇ ਕਿ ਡਿੱਗਦੇ ਸਾਰ ਹੀ ਬੇਹਾਲ ਹੋ ਗਏ ਤੇ ਆਪਣਾ ਅੰਤ ਨੇੜੇ ਦੇਖਦੇ ਹੋਏ ਉਹਨਾਂ ਨੇ ਆਪਣੇ ਨੌਜਵਾਨ ਪੁੱਤਰ ਫੁੱਲਾ ਸਿੰਘ ਜੀ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਸਿੱਖਿਆ ਦਿੱਤੀ ਕਿ ਇਹ ਧਰਮ ਤੇਰਾ ਹੋਵੇਗਾ ਕਿ ਤੂੰ ਦਿਨਾਂ ਦੁਖੀਆਂ ਨੂੰ ਕਸ਼ਟਾਂ ਤੋਂ ਬਚਾਉਣਾ ਹੈ। ਸਿਰ ਤੇ ਖੇਡ ਕੇ ਸਿੱਖੀ ਧਰਮ ਨਿਭਾਈ। ਜੇ ਧਰਮ ਦੀ ਰੱਖਿਆ ਲਈ ਸਰਮੰਸ ਤੱਕ ਲੱਗ ਜਾਵੇ ਤਾਂ ਆਪਣੇ ਚੰਗੇ ਭਾਗ ਜਾਣੀ ਪਿੱਛੇ ਨਾ ਹੋਈ। ਸਨਮੁੱਖ ਹੋ ਕੇ ਰਣ ਵਿੱਚ ਮਰਨਾ ਸੂਰਮਿਆਂ ਦਾ ਧਰਮ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਮਾਤਾ ਸਵਰਗ ਸੁਧਾਰ ਗਏ ਤੇ ਫੁੱਲਾ ਸਿੰਘ ਜੀ ਆਪਣੀ ਮਾਤਾ ਦੇ ਗੁਰਮਤਿ ਸੰਸਕਾਰ ਤੋਂ ਵਿਹਲੇ ਹੁੰਦਿਆਂ ਹੀ ਸਭ ਤੋਂ ਪਹਿਲਾਂ ਬਾਬਾ ਨਰਾਇਣ ਸਿੰਘ ਜੀ ਦੇ ਕੋਲ ਜਾ ਕੇ ਅਕਾਲੀ ਸ਼ਸਤਰ ਬਸਤਰ ਪਹਿਨ ਲਏ ਤੇ ਉਹਨਾਂ ਦੀ ਮਿਸਲ ਵਿੱਚ ਰਲ ਗਏ। ਸੋ ਇਹ ਉਸ ਸਮੇਂ ਬਹੁਤ ਹੀ ਸੋਹਣੇ ਮਡੋਲ ਤੇ ਭਾਰੀ ਦਬਦਬੇ ਵਾਲੇ ਪੁਰਸ਼ ਸੀ। ਇਹਨਾਂ ਦਾ ਕੱਦ ਭਾਵੇਂ ਜ਼ਿਆਦਾ ਲੰਬਾ ਨਹੀਂ ਸੀ ਪਰ ਦੇਖਣ ਵਿੱਚ ਸਰੀਰ ਬਹੁਤ ਸਾਂਭਿਆ ਹੋਇਆ ਲੱਗਦਾ ਸੀ ਤੇ ਉਹ ਆਪਣੀ ਜਵਾਨ ਦੇ ਇੰਨੇ ਪੱਕੇ ਸੀ ਕਿ ਜਵਾਨ ਦੇਣ ਤੋਂ ਬਾਅਦ ਫਿਰ ਚਾਹੇ ਸਾਰਾ ਸੰਸਾਰ ਪਲਟ ਜਾਵੇ ਉਹਨਾਂ ਦਾ ਇਰਾਦਾ ਨਹੀਂ ਸੀ ਕਦੇ ਪਲਟਦਾ। ਤੇ ਬਾਬਾ ਜੀ ਜਦੋਂ ਨਰਾਇਣ ਸਿੰਘ ਜੀ ਕੋਲ ਅਨੰਦਪੁਰ ਸਾਹਿਬ ਆਏ ਤਾਂ ਉਹਨਾਂ ਨੂੰ ਜੰਗਾਂ ਦਾ ਪੂਰਾ ਅਭਿਆਸ ਸੀ।
उन्होंने शुद्ध उचारण ते धार्मिक जोश कारण उन्होंने बाबा नारायण सिंह जी ने अपने तो बाद बाबा फुला सिंह जी ने जत्थेदार थाप दिता। शुरुआत विच अकाली फुला सिंह जी गुरुद्वारयां दी सेवा करदे सी ते उत्थे फैल रहियां कुरीतियां नूं खत्म करके मुड़ नवें सिर तों सुधार कर रहे सी। सारा प्रबंध अपनी नज़र हेठ रख्या करदे सी। 1801 दे समय महाराजा रणजीत सिंह जी दा खालसा राज सी ते उस समय श्री अमृतसर नूं खालसा राज नाल मिलाउण लई जो भंगियां दी मिसल दे कब्जे विच सी जो कि महाराजा रणजीत सिंह जी दे विरुद्ध सन, उन्हां दा कब्जा सदा लई गुरां दी नगरी तों उठाउण लई महाराजा रणजीत सिंह ते भंगी मिसल विचकार लड़ाई दा आरंभ हो गया ते लड़ाई दे आरंभ विच ही अकाली फुला सिंह दोनों सिख फौजां दे विच आ खलोते ते दोहां धिरां दे सरदारां नूं अपने ही घर विच लड़न तों मना कीता ते भंगी मिसल दे सरदार ने अपने किले तों निकलण दा प्रस्ताव मन लिया ते महाराजा रणजीत सिंह जी नाल सुलह कर लई ते जिस तों बाद महाराजा रणजीत सिंह ने उन्हां नूं गुजारे लई बहुत सारी जगीर बख्शी ते बहुत कृपालता नाल पेश आए। महाराजा रणजीत सिंह ते भंगी मिसल विचकार महाराजा जी दे पिता महा सिंह दे समय तों ही दुश्मनी सी जिस नूं अकाली फुला सिंह जी ने दोस्ती विच बदलिया जिस तों बाद महाराजा रणजीत सिंह जी अकाली फुला सिंह जी तों बहुत प्रसन्न होए जिस तों बाद महाराजा रणजीत सिंह जी ने कसूर मुल्तान भावलपुर सिंध ते होर बहुत सारे मैदान अकाली फुला सिंह जी दी सहायता नाल फतेह कीते। अकाली फुला सिंह जी श्री अमृतसर विच ही रहिंदे सी क्योंकि उत्थे महाराजा रणजीत सिंह जी अपने सब तों वधिया जत्थेदार नूं रखना चाहुंदे सी ते जदों महाराजा रणजीत सिंह जी दी फौज किसी जंग लई रवाना हुंदी तां अकाली फुला सिंह जी तों थापड़ा लै के ही रवाना हुंदे सी ते जदों ओह आप खुद किसी जंग लई अरदास करके तुरदे तां पिछे मुड़ के नहीं देखदे। ओह जिहे योधे होए कि उन्हां दी वीरता बहुत सारे देशां विच पसरी हुई है। जदों नवाब मुजफ्फर खान मुल्तान ने सरकार दा सलाना मालिया तारन तों इनकार कीता तां महाराजा रणजीत सिंह ने एक तकड़ी फौज नवाब नूं दंड देण लई तुरी ते उत्थे जा के कुछ निक्कियां मोटियां लड़ाइयां भी होईयां पर नवाब तक किसी दी पहुंच ना हुई ते इस दौरान सैकड़े सिपाही सिंह जख्मी होए जिस नूं देखदे होए फौज मुड़ के लाहौर आ गई जिस तों बाद महाराजा रणजीत सिंह जी वापस आउण ते बहुत नाराज होए ते मुहिम दे सारे मुखियां नूं दरबार विच झाड़ पाई ते उस समय दीवान भवानी दास मुखी नूं 10,000 रुपये का जुर्माना भी किया। कुछ समय लई अपने अहुदे तों हटाया भी गया ते हुण शेरे पंजाब ए निराशा नूं सहार नहीं सी सकदा जिस लई महाराजा रणजीत सिंह ने खुद मुल्तान नूं पूरी तरह फतेह करन लई तैयारियां शुरू कीतियां ते जनवरी 1818 नूं 25,000 फौज दे बलवान दल सहजादा खड़ग सिंह ते दीवान चंद नूं नाल लै के मुल्तान वल तोरिया। दूजे पासे मुजफ्फर खान भी महाराजे दीआं पल पल दीआं खबरां लै के जंगी तैयारियां कर रिहा सी ते इधर खालसा दल ने राह विच पहले खानगढ़ ते मुजफ्फरगढ़ दे किलियां ते कब्जा कर लिया सी ते इस तों बाद शुरू हुई मुल्तान दे किले नूं जित्तण दी तैयारी जिथे नवाब खुद अपने पुत्रां ते 20,000 दी फौज नाल शहर दे किले नूं पूरी तरह बैरी तों बचाउण लई तैयार बैठा सी ते उस दिन मुल्तान दे नेड़े एक मैदान विच बहुत भारी लड़ाई हुई जिस विच दोहां धिरां दा बहुत भारी नुकसान होया ते लड़ाई बराबर 5 दिन तुलवी हुंदी रही ते तोपां तों अग बरसदी रही। फिर सहजादा खड़ग सिंह ने सारे सरदारां नूं इकट्ठा कीता ते छोटियां सुरंगां पुट के उस दे विच बारूद ਭਰਨ ਦਾ ਤਰੀਕਾ ਸੁਝਿਆ ਤਾਂ ਕਿ ਉਹਨਾਂ ਨੂੰ ਬਾਰੂਦ ਭਰ ਕੇ ਅੱਗ ਲਾ ਕੇ ਉਹਨਾਂ ਨੂੰ ਉਡਾ ਦਿੱਤਾ ਜਾਵੇ। ਕਈ ਰਾਤਾਂ ਦੀ ਸਖ਼ਤ ਮਿਹਨਤ ਦੇ ਬਾਅਦ ਸੁਰੰਗਾਂ ਤਿਆਰ ਹੋ ਗਈਆਂ ਤੇ ਬਾਰੂਦ ਭਰ ਕੇ ਉਡਾਉਣ ਵਿੱਚ ਕੁਝ ਹੀ ਪਲ ਦੀ ਦੂਰੀ ਸੀ ਕਿ ਉੱਪਰੋਂ ਅਚਾਨਕ ਮੀਂਹ ਸ਼ੁਰੂ ਹੋ ਗਿਆ ਤੇ ਅਜਿਹਾ ਮੀਂਹ ਆਇਆ ਕਿ ਚਾਰੇ ਪਾਸੇ ਜਲ ਹੀ ਜਲ ਨਜ਼ਰ ਪੈਣ ਲੱਗਾ ਤੇ ਜੋ ਸੁਰੰਗਾਂ ਪੁੱਟੀਆਂ ਗਈਆਂ ਸੀ ਉਹ ਸਾਰੀਆਂ ਪਾਣੀ ਨਾਲ ਭਰ ਗਈਆਂ ਜਿਸ ਤੋਂ ਬਾਅਦ ਅਗਲੀ ਰਾਤ ਬਹੁਤ ਔਖਾਈ ਨਾਲ 3 ਥਾਵਾਂ ਤੋਂ ਛੋਟੇ ਮੋਟੇ ਪਾੜ ਪਾ ਕੇ ਖਾਲਸੇ ਨੇ ਮੁਲਤਾਨ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਹੁਣ ਮੁਲਤਾਨ ਦੇ ਪ੍ਰਸਿੱਧ ਪੱਕੇ ਕਿਲੇ ਦੀ ਵਾਰੀ ਆਈ ਜਿਸ ਨੂੰ ਇਤਿਹਾਸਾਂ ਵਿੱਚ ਅਜਿੱਤ ਲਿਖਿਆ ਉਸ ਨੂੰ ਕਿਵੇਂ ਖਾਲਸੇ ਨੇ ਜਿੱਤਿਆ ਇਸ ਬਾਰੇ ਗੱਲ ਕਰਦੇ ਹਾਂ। ਇਸ ਕਿਲੇ ਤੇ ਰੋਜ਼ ਭਾਰੀ ਤੋਪਖਾਨਿਆਂ ਵਿੱਚ ਗੋਲਿਆਂ ਦਾ ਮੀਂਹ ਪਾਉਂਦੇ ਰਹੇ ਪਰ ਇਸ ਦਾ ਕੁਝ ਨਹੀਂ ਵਿਗੜਿਆ ਤੇ ਇਸ ਤਰ੍ਹਾਂ ਕਿਲੇ ਤੇ 3 ਮਹੀਨੇ ਜੰਗ ਚੱਲਦੀ ਰਹੀ ਪਰ ਕਿਲ੍ਹਾ ਸਰ ਨਾ ਹੋਇਆ। ਉੱਪਰੋਂ ਗਰਮੀ ਦੀ ਰੁੱਤ ਤੇ ਮੁਲਤਾਨ ਦੀਆਂ ਕਹਿਰ ਦੀਆਂ ਧੁੱਪਾਂ ਨੇ ਇਸ ਨੂੰ ਹੋਰ ਵੀ ਔਖਾ ਕਰ ਦਿੱਤਾ। ਇਸ ਦੇ ਵਿੱਚ ਇੱਕ ਹੋਰ ਔਖ ਜੁੜੀ ਜਦੋਂ ਮੁਰਦਾ ਊਂਠ ਤੇ ਘੋੜਿਆਂ ਦੀਆਂ ਲਾਸ਼ਾਂ ਦੀ ਬਦਬੂ ਤੇ ਪਾਣੀ ਦੀ ਖਰਾਬੀ ਕਾਰਨ ਫੌਜ ਵਿੱਚ ਹੈਜਾ ਫੁੱਟ ਪਿਆ
जिस नाल हर रोज 100-100 जवान मर लगे। ये पूरे मैदान जंग दीयां खबरां महाराजा रणजीत सिंह जी कोल पहुंच रहियां सी। ते अपनी फौज की इस नाजुक हालत नूं देखदे होए महाराजा रणजीत सिंह जी श्री अमृतसर पहुंचे ते दरबार साहिब विच जाके इस मुहिम की फतेह लई अरदास करवाई ते फिर अकालियां दे डेरे आए ते कई 100 रुपए दे कड़ा प्रसाद की देख करवाई ते इस तों बाद महाराजा रणजीत सिंह जी अकाली फुला सिंह जी नूं मिले ते मुल्तान की लड़ाई दीयां सारियां कठिनाइयां अकाली फुला सिंह जी नूं दसियां। उस समय अकाली जी ने श्री पंजाब नूं एक बेनती की कि खालसा राज विच खालसे दा घर सोने दा होना चाहिए सी, जो कि अजे तक नहीं होया। जे आप श्री दरबार साहब की परिक्रमा नूं संगमरमर दा फर्श ते सोने दा बरक लवाउण दा अरदासा सधाओ तां अज ही फौजां रण वल जाण नूं तैयार ने। जे गुरु ने चाहिया तां अकाली झंडा मुल्तान किले ते कढ के मुड़नगे। ते तुहानूं दस दी कि महाराजा रणजीत सिंह जी दा आम ही वरतारा सी कि जदों भी औकड़ उन्हां नूं पेश आउंदी तां उसे वेले श्री दरबार साहब पहुंच के कड़ा प्रसाद दी दे गुरु जी दे पेश करके अरदास करवाउंदे ते ओह गुरु कारज पूरा हुंदा सी। ते इसे तरह फिर अकालियां ने पंजाब तों जाके मुल्तान ते चढ़ाई कर दित्ती। इह जत्थे विच अकाली फुला सिंह समेत 500 सिर कढ़वें अकाली सी ते किले विच अजे 3-4 गोले ही चले सी। किले दी दीवार विच 2 पार पै गए ते इह गोले अकालियां दी खास तोप दे सी जिस नूं पूरी तरह कोई होर नहीं चला सकदा सी। ते पाड़ पैण ते अकाली सिंघां ने अकाल अकाल दे जकारियां नाल आकाश गूंजन ला दित्ता ते किले विच देखदे देखदे पटाके पा दित्ते। दूजे पासे गाजी भी पूरे जोश विच सी, पर अकाली फुला सिंह ते मुजफ्फर खान दे आमणू सामणे होण ते कई कु वार इक दूजे ते कीते गए, पर मुजफ्फर नूं फेरवें वार नाल थले सुट लिया ते नवाब नूं जानो मार दित्ता। जिस तों बाद अपने नवाब नूं मरदा देख के गाजी भी मैदानों भज गए। सो हुण इह जंग विच 12,000 तों वध गाजियां सने नवाब मुजफ्फर खान ते उस दे 5 पुत्तर मारे गए सी ते किले दा खजाना सहजादे खड़ग सिंह दे हवाले कीता गया। जिस तों बाद महाराजा रणजीत सिंह जी ने उसे दिन तों ही दरबार साहब दी सेवा शुरू कर दित्ती ते इह किले नूं जित्तण दी खुशी विच श्री अमृतसर ते लाहौर विच 8 दिन बराबर दीपमाला हुंदी रही ते 1830 तक महाराजा रणजीत सिंह जी ने 500 किलो प्योर 24 कैरट सोना मतलब 130 करोड़ रुपए की कीमत दे सोने नाल दरबार साहिब नूं सजा दिता, जो कि उस समय बहुत बड़ी गल सी। ते अज साडे पंजाब नूं पूरी दुनिया विच दरबार साहिब कारण भी बहुत लोग जानते ने। ਇਹ ਮੁਹਿੰਮ ਤੋਂ ਬਾਅਦ ਜਦੋਂ ਮਹਾਰਾਜਾ ਸਾਹਿਬ ਅਕਾਲੀ ਫੁੱਲਾ ਸਿੰਘ ਜੀ ਨੂੰ ਮਿਲੇ ਤਾਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਅਕਾਲੀ ਬਾਬਾ ਜੀ ਨੂੰ ਖਾਲਸਾ ਰਾਜ ਦਾ ਰਾਖਾ ਆਖ ਕੇ ਸੰਬੋਧਿਤ ਕੀਤਾ। ਇਹ ਜੰਗ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ ਵੀ ਮਹਾਰਾਜ ਸਾਹਿਬ ਨੇ ਅਕਾਲੀ ਫੁੱਲਾ ਸਿੰਘ ਦੀ ਮਦਦ ਨਾਲ ਪਿਸ਼ਾਵਰ ਕਸ਼ਮੀਰ ਤੇ ਹੋਰ ਮੈਦਾਨ ਦਿੱਤੇ ਤੇ ਇੱਕ ਵਾਰ ਅਕਾਲੀ ਜੀ ਅੰਮ੍ਰਿਤਸਰ ਨੂੰ ਛੱਡ ਕੇ ਅਨੰਦਪੁਰ ਜਾ ਕੇ ਰਹਿਣ ਲੱਗ ਪਏ ਸੀ। ਇਸ ਦੇ ਪਿੱਛੇ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਸਾਹਿਬ ਦਾ ਡੋਗਰਿਆਂ ਨੂੰ ਵੱਡੀ ਜ਼ਿੰਮੇਵਾਰੀ ਦੇ ਅਹੁਦੇ ਦੇਣਾ ਤੇ ਇਹਨਾਂ ਲੋਕਾਂ ਦਾ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਤੇ ਅਕਾਲੀਆਂ ਵਿੱਚ ਫੁੱਟ ਪਾਉਣ ਦਾ ਯਤਨ ਕਰਦੇ ਰਹਿਣਾ। ਇਹਨਾਂ ਕਾਰਨਾਂ ਨੂੰ ਦੇਖਦੇ ਹੋਏ ਅਕਾਲੀ ਜੀ ਸਿੱਧੇ ਲਾਹੌਰ ਪਹੁੰਚੇ, ਜਿੱਥੇ ਡੋਗਰਿਆਂ ਨੇ ਅਕਾਲੀ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਣ ਲਈ ਕਾਫੀ ਰੁਕਾਵਟਾਂ ਪਾਈਆਂ। ਜਿਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਅਕਾਲੀ ਜੀ ਧੱਕੇ ਨਾਲ ਮਹਾਰਾਜ ਦੇ ਸਾਹਮਣੇ ਪਹੁੰਚੇ ਤੇ ਫਤਿਹ ਬੁਲਾਈ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਖਾਲਸਾ ਰਾਜ ਵਿੱਚ ਇਹਨਾਂ ਬੰਦਿਆਂ ਨੂੰ ਵਾੜ ਕੇ ਸਹੀ ਨਹੀਂ ਕਰ ਰਹੇ, ਇਹ ਸਾਡੀ ਨੀਤੀ ਦੇ ਵਿਰੁੱਧ ਨੇ ਜੋ ਕਿ ਸਾਡੇ ਰਾਜ ਦੇ ਵਿਰੁੱਧ ਨੇ, ਤੁਸੀਂ ਇਹਨਾਂ ਨੂੰ ਇੱਥੋਂ ਨਹੀਂ ਬਦਲੋਗੇ ਤਾਂ ਸਾਡੀ ਆਖਰੀ ਫਤਿਹ ਹੋਵੇਗੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਜੀ ਨੂੰ ਇਸ ਮਾਮਲੇ ਵਿੱਚ ਢਿੱਲੇ ਜਿਹੇ ਦਿਖੇ ਤਾਂ ਉਹਨਾਂ ਦੀ ਤਸੱਲੀ ਨਾ ਹੋਈ ਤੇ ਉਹ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ ਤੇ ਸਣੇ ਸਾਰੇ ਅਕਾਲੀ ਦਲ ਦੇ ਅਨੰਦਪੁਰ ਵੱਲ ਵਧੇ ਤੇ ਉੱਥੇ ਜਾ ਕੇ ਡੇਰੇ ਲਾ ਲਏ। ਇਹ ਉਹਨਾਂ ਦਾ ਆਪਣਾ ਬਗਾਵਤ ਦਾ ਤਰੀਕਾ ਸੀ। ਅਕਾਲੀ ਜੀ ਇਸ ਕਰਕੇ ਡੋਗਰਿਆਂ ਨੂੰ ਪਸੰਦ ਨਹੀਂ ਸੀ ਕਰਦੇ ਕਿਉਂਕਿ ਉਹ ਜਿਸ ਵੀ ਰਾਜ ਨਾਲ ਜੁੜਦੇ ਸੀ ਉਸ ਨੂੰ ਤਬਾਹ ਕਰ ਦਿੰਦੇ ਸੀ ਅੰਦਰੋਂ ਅੰਦਰੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਵੀ ਅੱਗੇ ਚੱਲ ਕੇ ਇਹਨਾਂ ਨੇ ਹੀ ਖਤਮ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੁੱਲਾ ਸਿੰਘ ਜੀ ਦੀ ਕਾਫੀ ਇੱਜ਼ਤ ਕਰਦੇ ਸੀ। ਇੱਕ ਵਾਰ ਅਕਾਲੀ ਫੁੱਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜ਼ਾ ਲਗਾ ਦਿੱਤੀ ਸੀ ਜਿਸ ਦਾ ਕਾਰਨ ਸੀ ਮਹਾਰਾਜਾ ਦਾ ਇੱਕ ਮੁਸਲਿਮ ਨ੍ਰਿਤਕੀ ਨਾਲ ਵਿਆਹ ਕਰਵਾਉਣ ਦਾ, ਜੋ ਕਿ ਅਕਾਲੀ ਫੁੱਲਾ ਸਿੰਘ ਜੀ ਗਲਤ ਮੰਨਦੇ ਸੀ। ਤੇ ਜਦੋਂ ਉਹ ਇਸ ਤੋਂ ਬਾਅਦ ਦਰਸ਼ਨ ਲਈ ਦਰਬਾਰ ਸਾਹਿਬ ਆਏ ਤਾਂ ਉਹ ਅਜੇ ਵੱਡੀ ਪਰਿਕਰਮਾ ਲੰਘ ਕੇ ਦਰਸ਼ਨੀ ਡਿਊਟੀ ਦੇ ਲਾਗੇ ਹੀ ਪਹੁੰਚੇ ਸੀ ਕਿ ਅਕਾਲੀ ਫੁੱਲਾ ਸਿੰਘ ਜੀ ਨੂੰ ਉਹਨਾਂ ਦੇ ਆਉਣ ਦੀ ਖਬਰ ਮਿਲ ਗਈ, ਜਿਸ ਤੋਂ ਬਾਅਦ ਅਕਾਲੀ ਜੀ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਦਰਸ਼ਨੀ ਡਿਊਟੀ ਤੇ ਆ ਖਲੋਤੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਾੜ ਕੇ ਆਖਿਆ, ਖਬਰਦਾਰ ਇਸ ਦੇ ਅੰਦਰ ਪੈਰ ਨਾ ਪਾਈ, ਇਸ ਪਾਵਨ ਪਵਿੱਤਰ ਗੁਰੂ ਧਾਮ ਤੇ ਤਨਖਾਹੀਆਂ ਲਈ
कोई थां नहीं तां महाराजा जी ने उसी वक्त निम्रता नाल कहा कि मेरे तो जो भुल हुई है मैं वो भुल संगत की हजूरी विच बख्शाउण लई तैयार हाँ। तो अकाली फुला सिंह जी ने महाराजा जी दे 21 कोड़े लाए जाण दी सजा दित्ती ते उस समय महाराजा ने इसका विरुद्ध भी नहीं किया ते बड़ी निम्रता नाल इमली दे दरख्त दे नाल जाके खलोते ते पंथ दे हुक्म अनुसार कोड़े खाण लई तैयार हो गए। उस समय पंथ दे हुक्म अगे महाराज नूं झुकिया देख के संगत विच आवाजां आईयां कि इह साडे महाराज ने इन्हां दी इही वड्डी बहादुरी है कि इह राज दे मालक होण तों बाद भी सजा लई तैयार हो गए। इन्हां नूं शरीरक सजा ना दित्ती जावे जिस तों बाद अकाली फुला सिंह जी ने उन्हां दी सजा घटा के 21 दिन जूठे बर्तन साफ करन दी सेवा ला दित्ती जिस नूं महाराजा रणजीत सिंह जी ने सेवा भावना नाल पूरा कीता। इह उस समय सरदारां दे करदार सी जो कि बहुत उच्चे ते सुच्चे सी। कमाल की गल है जेकर कोई अजिहा इंसान पैदा होया कि राजे नूं सजा ला देण वाला तां उह अकाली फुला सिंह जी सी। ते उस तों वी वड्डी गल इह आ कि एक राजा अजिहा पैदा होया सी जो हर तरह की सजा मंजूर करन लई तैयार सी। दोस्तों देखिया तुसीं अकाली फुला सिंह दी बहादुरी कि महाराजा नूं भी अगर कोई गलत काम करदा सी ते उहनूं भी सजा ला दिंदे सी क्योंकि उह सच्चे बंदे सी ते साची गल कहन तो डरदे नहीं सी। ये नहीं सी वेखदे कि उन्हें सामने महाराजा वै या कोई आम बंदा वै। तो फिर जिहड़ा गोल्डन टैंपल है अमृतसर दरबार साहब इनू बनाने वाले जिहड़े है वो फुला सिंह ही है। फुला सिंह ने राजा रणजीत सिंह को वादा लिया सी ते जदों मुल्तान का किला फतह हो गया उस तो बाद फिर राजा रणजीत सिंह ने दरबार साहब ते संगे मरमर का पत्थर लवाया ते सोना जिहड़ा वै उन्हूं ला के गोल्डन टैंपल बनाया जिहड़ा कि अज पूरी दुनिया ते सिखां दा एक पहचान है उन्हां दी लामत है। हर कोई बंदा जानदा है गोल्डन टैंपल सिखां दी एक बड़ी मुतबरक इबादतगाह है। ये सारे जिहड़े कारनामे सी ये फुला सिंह दे सी जिहड़े कि बहुत वड्डे बहादुर सी। सो जिहड़े तमाम सिख है अज दी वीडियो देख के उन्हां नूं फखर महसूस होएगा ते मैनूं उम्मीद हैगी है कि वो फुला सिंह वर्गे बहादुर ते सच्चे नडर जिहड़े है ना वो सिंह बनन दी कोशिश करनगे। कमेंट करके मैनूं अपनी राय तो तुसीं लाजमी आगाह करना।